ਸਾਡਾ ਸਿੱਖ ਧਰਮ ਇਹਨੂੰ ਗੁਰੂ ਨਾਨਕ ਸਾਹਿਬ ਤੋਂ ਨਹੀਂ ਗਿਣਨਾ, ਸਤਿਯੁਗ ਤੋਂ ਹੈ। ਇਹ ਤੱਤ ਕੱਢਿਆ ਗੁਰੂ ਸਾਹਿਬ ਨੇ, ਇਹਨੂੰ ਸਿੱਖ ਬਣਾਇਆ ਨਾ। ਜਦੋਂ ਇਹ ਧਰਮ ਵਾਦ ਵਿਵਾਦ ਦੁਬਦਾ ਵਿੱਚ ਪੱਥਰਾਂ ਦੀ ਪੂਜਾ 'ਚ ਗਰਸਿਆ ਗਿਆ, ਗੁਰੂ ਸਾਹਿਬ ਨੇ ਇਹਨੂੰ ਵੱਖਰਾ ਕਰ ਲਿਆ। ਸਾਡਾ ਗੁਰੂ ਨਾਨਕ ਸਾਹਿਬ ਤੋਂ ਨਹੀਂ, ਸਾਡਾ ਇਹ ਸਤਿਯੁਗ ਤੈ ਮਾਣਿਓ। ਸਤਿਯੁਗ ਤੋਂ ਜਦੋਂ ਤੋਂ ਸ੍ਰਿਸ਼ਟੀ ਸਾਜੀਏ ਉਦੋਂ ਤੋਂ ਸਿੱਖ ਧਰਮ ਚੱਲਿਆ। ਸਿੱਖਿਆ ਲੈਣ ਵਾਲਾ, ਸਿੱਖਿਆ ਧਾਰਨ ਕਰਨ ਵਾਲਾ, ਜਿਹੜਾ ਹਿੰਦੁਸਤਾਨ ਤੇ ਜਨਮ ਲੈ ਕੇ ਸਿੱਖਿਆ ਧਾਰਨ ਕਰਨ ਵਾਲਾ, ਗੁਰੂ ਨੂੰ ਮੰਨਣ ਵਾਲਾ ਸੀ ਨਾ, ਸਿੱਖੀ ਲੈਣ ਵਾਲਾ ਸੀ, ਉਹ ਸਤਿਯੁਗ ਤੋਂ ਚੱਲੇ ਆ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ। ਫਿਰ ਸਤਿਯੁਗ ਤੋਂ ਚੱਲਿਆ ਨਾ ਸਿੱਖ ਧਰਮ। ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾ। ਰਾਮ ਚੰਦਰ ਵੀ ਸਾਡੇ ਵਿੱਚੋਂ ਹੀ ਨੇ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਹ ਵੀ ਸਿੱਖ ਧਰਮ ਚੋਂ ਹੈ। ਉਗਰ ਸੈਣ ਕੋ ਰਾਜੇ ਅਬੈ ਭਗਤੈ ਜਨ ਦੀਓ। ਕਲ ਯੁਗ ਪਰਮਾਣੋ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲੇ ਅਟਲ ਆਤ ਪੁਰਖ ਫੁਰਮਾਇਓ। ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ, ਫਿਰ ਸਾਡਾ ਧਰਮ ਉਦੋਂ ਵੀ ਸੀ, ਨਾਮਦੇਵ ਵੀ ਸੀ, ਤ੍ਰਿਲੋਚਨ ਜਿੰਨੇ, ਬਾਬਾ ਫਰੀਦ ਜੀ। ਇਹ ਧਰਮ ਜਿਹੜਾ ਸਾਡਾ ਸਿੱਖ ਧਰਮ ਹੈ, ਸਿੱਖ ਧਰਮ ਦੇ ਗ੍ਰੰਥ ਦੇ ਗੁਰੂਆਂ ਦੀ ਬਾਣੀ ਤੋਂ ਵੇਖ ਲਓ, ਸਾਰੀ ਆਦ ਜੁਗਾਦ ਦੇ ਸਭ ਨਾਮ ਪਾਏ ਨੇ ਗੁਰਮੁਖ ਵਿਸ਼ਿਸ਼ਟ। ਉਹ ਵੀ ਗੁਰਮੁਖ ਸੀ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਉਹ ਵੀ ਗੁਰਮੁਖ ਸੀ, ਗੁਰਸਿੱਖ ਸੀ। ਇਹ ਸਾਰੀ ਸਿੱਖੀ ਖਾਲਸਾ ਦਸਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ। ਖਾਲਸਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤਾ ਹੈ। ਸਿੱਖ ਧਰਮ ਚੱਲਿਆ ਜਦੋਂ ਤੋਂ ਸ੍ਰਿਸ਼ਟੀ ਸਾਜੀ, ਜਦੋਂ ਤੋਂ ਧਰਤੀ ਸਾਜੀ ਉਦੋਂ ਤੋਂ ਸਿੱਖ ਧਰਮ ਚੱਲਿਆ ਹੈ। ਗੁਰਸਿੱਖ ਦਾ, ਗੁਰੂ ਤੇ ਸਿੱਖ ਦਾ, ਇਹ ਗੁਰਸਿੱਖ ਧਰਮ ਹੈ ਗੁਰੂ ਤੇ ਸਿੱਖ ਦਾ। ਜੇ ਕਰਤਾਰਪੁਰ ਦੇ ਵਿੱਚ ਸਿਮਰਨ ਭਜਨ ਬੰਦਗੀ ਗੁਰੂ ਨਾਨਕ ਸਾਹਿਬ ਬੈਠਦੇ ਆ ਨਾ, ਤੇ ਦੱਸੋ ਫਿਰ ਕਿਹੜਾ ਨਹੀਂ ਬੈਠੇਗਾ। ਗੁਰੂ ਨਾਨਕ ਸਾਹਿਬ 1:30 ਵਜੇ ਤੋਂ ਲੈ ਕੇ 12:30 ਇੱਕ ਇਸ਼ਨਾਨ ਕਰਕੇ ਜਾਂ 1 ਵਜੇ ਤੋਂ ਗੁਰੂ ਨਾਨਕ ਸਾਹਿਬ ਬੈਠਦੇ ਆ, ਦੱਸੋ ਗੁਰੂ ਅੰਗਦ ਸਾਹਿਬ ਨਹੀਂ ਬੈਠਣਗੇ, ਬਾਬਾ ਬੁੱਢਾ ਜੀ ਨਹੀਂ ਬੈਠਣਗੇ, ਬਾਲਾ ਭਾਈ ਬਾਲਾ ਜੀ ਗੁਰੂ ਸਾਹਿਬ ਦੇ ਸਿੱਖ, ਗੁਰੂ ਸਾਹਿਬ ਦੇ ਨਾਲ ਰਹੇ ਬਾਲਾ ਮਰਦਾਨਾ ਜੀ ਸਰੀਰ ਛੱਡ ਗਏ ਸੀ, ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਸੀ ਗੁਰੂ ਨਾਨਕ ਸਾਹਿਬ ਦੀ, ਚਾਹੇ ਕੋਈ ਘਰਾਂ ਵਿੱਚ ਸੀ ਚਾਹੇ ਕਰਤਾਰਪੁਰ ਸੀ, ਸਭ ਨੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ ਸੀ, ਉਹਨਾਂ ਦੀਆਂ ਹੀ ਅੱਧੀ ਰਾਤ ਤੋਂ ਬਾਅਦ ਸਮਾਧੀਆਂ ਲੱਗ ਜਾਂਦੀਆਂ ਸੀ। ਪਿਛਲ ਰਾਤੀ ਉੱਠ ਵਹਾਂਦੇ, ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੇਣਾ, ਪਿੱਛੋਂ ਰਾਤੀ ਸਦੜਾ, ਪਿਛਲੀ ਰਾਤੀ 12 ਤੋਂ ਬਾਅਦ ਆ ਜਾਂਦੀ। ਇਹ ਪਿਛਲ ਰਾਤ ਤੇ ਸਾਰੇ ਹੀ ਉੱਠ ਕੇ ਜਾ ਕੇ ਇਸ਼ਨਾਨ ਕਰਨ ਵਾਲੇ ਸ਼ਾਮ ਸੰਧਿਆ ਰਹਿ ਰਾਸਤੇ ਆਰਤੀ ਕੀਰਤਨ ਕਰਨਾ, ਸਾਡਾ ਗੁਰਸਿੱਖੀ ਧਰਮ ਹੈ। ਜੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਨੇ ਇੱਥੇ ਰੌਣਕ ਆਣੀ, ਪਰ ਜਦ ਇੱਥੇ ਦੁਬਦਾ ਤੇ ਕਲੇਸ਼ ਖੜੇ ਹੋਏ, ਜਦੋਂ ਮੋਹ ਮਾਇਆ ਦੇ ਪਿੱਛੇ ਦੌੜ ਲੱਗੇ, ਫਿਰ ਉਸ ਸਮੇਂ ਸਭ ਕੁਝ ਹੀ ਹੁੰਦਾ ਹੈ। ਮੋਹ ਮਾਇਆ ਨਹੀਂ ਪੈਣੀ ਚਾਹੀਦੀ। ਜਦ ਮਾਇਆ ਦਾ ਲੋਭ ਆ ਗਿਆ ਨਾ ਤੁਹਾਨੂੰ, ਤੇ ਲੋਭੀ ਕਾ ਵਿਸਾਹੋ ਨਾ ਕੀਜੇ, ਸਮਝਿਓ ਅਸੀਂ ਗਰਕਦੇ ਜਾ ਰਹੇ। ਹੁਣ ਸਾਡਾ ਭਾਂਡਾ ਫਟਣ ਵਾਲਾ ਜੇ ਸਾਨੂੰ ਲੋਭ ਪੈ ਗਿਆ। ਲੋਭ ਨਹੀਂ ਧਾਰਨ ਕਰਨਾ, ਤਿਆਗ ਹੀ ਧਾਰਨ ਕਰਨਾ ਹੈ।
ਜੇ ਲੋਭ ਪੈ ਗਿਆ ਨਾ ਸਮਝੋ ਇਹ ਭਾਂਡਾ ਹੁਣ ਅੱਜ ਤੇ ਕੱਲ ਦਿਨਾਂ ਚ ਫਟਿਆ ਹੀ ਫਟਿਆ। ਵੱਡੇ ਵੱਡੇ ਥਾਵਾਂ ਤੇ ਕੋਈ ਦਾ ਕੋਈ ਹੋ ਜਾਂਦਾ। ਲੋਭ ਨਹੀਂ ਕਰਨਾ ਸੇਵਾ ਤੇ ਇਸ ਪਰਪਕਾਰ ਚੱਲਦੀ ਹੀ ਰਹਿੰਦੀ ਹੈ। ਲੋਭ ਨਹੀਂ ਧਾਰਨ ਕਰਨਾ, ਲੋਭ ਤੋਂ ਦੂਰ ਰਹਿਣਾ। ਫਿਰ ਸਤਿਗੁਰੂ ਆਪਣੀ ਕਲਾ ਬਖਸ਼ਦੇ ਆ, ਆਪਣੀ ਕਲਾ ਬਖਸ਼ਦੇ ਆ। ਗੁਰੂ ਨਾਨਕ ਦਾ ਘਰ ਜਾਣ ਕੇ ਨਿਮਰਤਾ ਗਰੀਬੀ ਧਾਰਨ ਕਰਕੇ ਨਾਮ ਤੇ ਬੰਦਗੀ ਦਾ ਖੈਰ ਮੰਗੋ। ਸਭ ਕੁਝ ਕਰਕੇ, ਪਰਪਕਾਰ ਕਰਕੇ, ਪੁੰਨ ਦਾਨ ਕਰਕੇ, ਤੀਰਥ ਵਰਤ ਕਰਕੇ ਜੇ ਫਲ ਲਵੋ ਤੇ ਫਲ ਝੋੜੀ ਕਰਕੇ ਆਖੋ ਜੇ ਨਾਮ ਦੀ ਦਾਤ ਬਖਸ਼ੋ ਆਖੋ ਸੀ। ਸਭ ਕੁਝ ਕਰਕੇ ਉਸ ਦੇ ਬਦਲੇ ਵਿੱਚ ਨਾਮ ਮੰਗਣਾ, ਝੂਠੀਆਂ ਕੋਡੀਆਂ ਦੇ ਕੇ ਵੀ ਸੱਚੀਆਂ ਕੋਡੀਆਂ ਮੰਗ ਲਓ। ਝੂਠੇ ਧਨ ਦਾ ਦਸਵੰਧ ਕੱਢ ਕੇ ਆਖੋ ਜੀ ਸੱਚਾ ਧਨ ਦਿਓ। ਜਿਹੜਾ ਇਹੋ ਧਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ ਗਰੀਬ ਨਵਾਜ, ਸੱਚਾ ਧਨ ਮੇਰੀ ਝੋਲੀ ਚ ਪਾ ਦਿਓ। ਤੇ ਫਿਰ ਸੱਚੇ ਧਨ ਦੇ ਜਿਹੜੇ ਕੱਚੇ ਕੇ ਵਪਾਰੀਆਂ ਵਾਕ ਹੱਥਾਂ ਲੈਣਾ ਜਾਏ। ਸੱਚੇ ਦੇ ਵਪਾਰੀ ਸਦਾ ਹੀ ਨਿਸ਼ਚਲ ਨੇ, ਕੱਚੇ ਦੇ ਵਪਾਰੀ ਅੱਜ ਕੱਲ ਦੇ ਪ੍ਰਾਹੁਣੇ ਨੇ। ਸੱਚੇ ਦੇ ਵਪਾਰੀ ਸਦਾ ਹੀ ਜਨਮ ਜਨਮ ਤੱਕ ਲੱਗੇ ਰਹਿਣਗੇ, ਕੱਚੇ ਦੇ ਵਪਾਰੀ ਰਹਿ ਜਾਣਗੇ। ਜਿੰਨੇ ਆ ਜਪ ਤਪ ਸਮਾਗਮ ਕਰਕੇ ਕੀ ਕਰਨਾ ਹੈ? ਪੁੰਨ ਦਾਨ ਤੀਰਥ ਵਰਤ ਕਰਕੇ ਕੀ ਮੰਗਣਾ ਹੈ? ਨਾਮ ਤੇ ਨਾਮ ਜਪ ਕੇ ਫਿਰ ਕੀ ਮੰਗਣਾ ਹੈ? ਫਿਰ ਮੰਗਣਾ ਹੈ ਕਿ ਜਪ ਤਪ ਵਰਤ ਕਿਨੇ ਪੇਖਣ ਕੋ ਚਰਨਾ ਰਾਮ, ਹੁਣ ਮਾਲਕਾ ਤੂੰ ਦਿਸ ਪਾ ਤੇਰੇ ਚਰਨ ਮਿਲ ਜਾਣ। ਸਭ ਕੁਝ ਕਰਕੇ ਜਪ ਤਪ ਮੰਗਣਾ, ਸਿਮਰਨ ਭਜਨ ਬੰਦਗੀ ਮੰਗਣੀ ਹੈ। ਸਿਮਰਨ ਭਜਨ ਬੰਦਗੀ ਕਰਕੇ ਜਪ ਤਪ ਵਰਤ ਕਰਕੇ ਚਰਨ ਮੰਗਣੇ ਜੀ, ਤੁਹਾਡੇ ਚਰਨ ਮੇਰੇ ਹਿਰਦੇ ਚ ਵਸ ਜਾਣ ਗੋਬਿੰਦ ਜੀ। ਹਾਂਜੀ ਪੜੋ, ਮੇਰੇ ਹਿਰਦੇ ਚ ਤੁਹਾਡੇ ਚਰਨ ਵਸਣ। ਦੇਵੀ ਦੇਵੀ ਮੈਂ ਦਿਦਾਰ ਕਲਗੀ ਵਾਲਿਆ, ਬਾਜਾਂ ਵਾਲਿਆ, ਦੇਵੀ ਦੇਵੀ ਮੈਂ ਦਿਦਾਰ ਕਲਗੀ ਵਾਲਿਆ, ਬਾਜਾਂ ਵਾਲਿਆ, ਦੇਵੀ ਦੇਵੀ ਵੇਦਾਰ ਕਲਗੀ ਵਾਲਿਆ, ਬਾਜਾਂ ਵਾਲਿਆ, ਦੇਵੀ ਦੇਵੀ ਵੇਦਾਰ ਕਲਗੀ ਵਾਲਿਆ, ਸਾਰੀ ਸੰਗਤ ਕਿਸੇ ਮਾਲਾ ਫੇਰੀਆਂ, ਕਿਸੇ ਸਹਿਜ ਪਾਠ ਕੀਤੇ, ਕਿਸੇ ਜਪਜੀ ਸਾਹਿਬ ਦੇ ਕੀਤੇ, ਕਿਸੇ ਸੁਖਮਨੀ ਸਾਹਿਬ ਦੇ ਕੀਤੇ, ਕਰਕੇ ਸੰਪੂਰਤਾ ਨਹੀਂ ਸਮਝ ਲੈਣੀ ਮੈਂ ਕਰ ਲਿਆ ਏ। ਇਹ ਆਪਾਂ ਭੇਟ ਕੀਤੇ ਨੇ ਕਿ ਮਹਾਰਾਜ ਹੁਣ ਤੁਸੀਂ ਦਰਸ਼ਨ ਦਿਓ, ਇਸ ਦੇ ਬਦਲੇ ਫਲ ਲੈਣਾ ਹੈ। ਹਰ ਚੀਜ਼ ਦਾ ਫਲ ਹੈ, ਹਰ ਚੀਜ਼ ਦਾ ਫਲ ਏ, ਪਰਪਕਾਰ ਦਾ, ਸੇਵਾ ਦਾ, ਸਿਮਰਨ ਦਾ, ਨਾਮ ਦਾ ਫਲ ਏ, ਦਰਸ਼ਨਾਂ ਦਾ ਵੀ ਫਲ ਏ। ਦਰਸ਼ਨਾਂ ਦੇ ਦਰਸ਼ਨਾਂ ਦਾ ਫਲ ਤੋਂ ਹੁਣ ਆਪਾਂ ਦਰਸ਼ਨ ਮੰਗ ਰਹੇ ਹਾਂ, ਦਰਸ਼ਨਾਂ ਦਾ ਵੀ ਫਲ ਏ। ਦਰਸ਼ਨਾਂ ਦਾ ਫਲ ਫਿਰ ਅਭੇਦਤਾ ਹੈ, ਫਿਰ ਤੋਹੀ ਮੋਹੀ ਅੰਤਰ ਕੈਸਾ ਏ, ਫਿਰ ਇੱਕ ਮਿੱਕ ਹੋ ਜਾਣਾ, ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਾਹਾ ਨਾ ਹੋ, ਹਰ ਚੀਜ਼ ਦਾ ਫਾੜੇ। ਅੱਜ ਸੰਗਤਾਂ ਨੇ ਜਪ ਤਪ ਕੀਤੇ ਆ, ਹੁਣ ਆਪਾਂ ਫਲ ਲੈਣਾ ਹੈ, ਫਲ ਲੈਣਾ ਹੈ ਸਤਿਗੁਰਾਂ ਦੇ ਦਰਸ਼ਨ ਦਾ। ਆਪ ਜੀ ਦਰਸ਼ਨ ਦਿਓ ਗੁਰੂ ਗੋਬਿੰਦ ਸਿੰਘ ਜੀ,
ਇਹ ਤੁਹਾਡੇ ਨਾਲ ਲਹਿਰ ਚੱਲ ਰਹੀ ਹੈ ਤੇ ਇਸ ਕਰਕੇ ਆਪ ਕਿਰਪਾ ਕਰੋ ਇਸ ਜਪ ਤਪ ਸਿਮਰਨ ਦੇ ਫਲ ਬਖਸ਼ੋ ਤੇ ਤੁਹਾਡੇ ਦਰਸ਼ਨ ਹੋਣ। ਦੇਵੀ ਦੇਵੀ ਜੀ ਦੀਦਾ ਕਲਗੀ ਵਾਲਿਆ ਕਿਰਪਾ ਕੀਜੇ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੇ ਉਡੀਨੀ 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 ਕਬ ਘਰ ਆਵੇਰੀ ਮੋਹਨ ਘਰ ਆਵੋ ਮੋਹਨ ਘਰ ਆਵੋ ਕਰੋ ਜੋਦੜੀਆ ਮਾਨ ਕਰੋ ਅਭਿਮਾਨੇ ਬੋਲੋ ਫੂਲ ਚੂਕ ਤੇਰੀ ਪ੍ਰੈਚਰੀਆ ਮੋਣ ਘਰ ਆਵੋ।